ਮੇਰੀ ਡਾਕਟਰ ਸਾਹਿਬਾਨ ਨੂੰ ਵੀ ਬੇਨਤੀ ਹੈ ਵੀ ਇਹ ਔਖੀ ਔਰ ਵਾਰ ਵਾਲਾ ਟਾਈਮ ਹੈਗਾ। ਮੈਂ ਕੱਲ੍ਹ ਵੀ ਆਪ ਜੀ ਨੂੰ ਕਿਹਾ ਸੀਗਾ, ਆਪਾਂ ਇਸ ਸਮੇਂ ਜਿਹੜੀ ਆਪਾਂ ਸਹੁੰ ਲੈਂਦੇ ਹਾਂ, ਜਿਸ ਦਿਨ ਆਪਾਂ ਇਹ ਕੋਰਸ ਕਰਦੇ ਹਾਂ ਕਿ ਵੀ ਆਪਾਂ ਲੋਕਾਂ ਦੀ ਸੇਵਾ ਕਰਾਂਗੇ, ਉਹ ਸੇਵਾ ਕਰਨ ਦਾ ਹੁਣ ਮੌਕਾ ਆ ਗਿਆ। ਸੇਵਾ ਤੁਸੀਂ 365 ਦਿਨ ਹੀ ਕਰਦੇ ਹੋ, 24x7 ਹੀ ਕਰਦੇ ਹੋ, ਪਰ ਇਹ ਮਹਾਂਮਾਰੀ ਦੇ ਸਮੇਂ 'ਚ ਆਪਣੀ ਦੁੱਗਣੀ ਜ਼ਿੰਮੇਵਾਰੀ ਆ ਜਾਂਦੀ ਹੈ। ਔਰ ਆਈ ਐਮ ਸ਼ੋਰ ਕਿ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਹੀ ਲੋਕਾਂ ਨੇ ਟੈਕਸਾਂ ਦੇ ਪੈਸੇ ਦੇ ਦੇ ਕੇ, ਜਿਹੜੇ ਮੈਂ ਆਪ ਸਰਕਾਰੀ ਕਾਲਜ 'ਚੋਂ ਪੜ੍ਹਿਆ, ਮੈਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਜਿਹੜੀ ਹੈ ਇੰਜੀਨੀਅਰਿੰਗ ਕੀਤੀ ਹੈ, ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿਹੜੀ ਮੈਂ ਇੰਜੀਨੀਅਰਿੰਗ ਕੀਤੀ, ਜਿਹੜੇ ਹੋਸਟਲਾਂ 'ਚ ਮੈਂ ਉੱਥੇ ਰਿਹਾ, ਮੇਰਾ ਕੋਰਸ ਬਹੁਤ ਮਹਿੰਗਾ ਸੀਗਾ, ਪਰ ਫੀਸ ਮੇਰੀ ਕਿੰਨੀ ਸੀ? 30 ਰੁਪਈਏ ਫੀਸ ਹੁੰਦੀ ਸੀ ਉਸ ਜ਼ਮਾਨੇ 'ਚ, ਮੇਰੇ ਫਾਦਰ ਤਾਂ ਹੀ ਅਫੋਰਡ ਕੀਤਾ। ਇਵੇਂ ਜਿੱਕਰ ਹੀ ਸਾਡੇ ਜਿਹੜੇ ਹੋਸਪਿਟਲ ਦੇ ਡਾਕਟਰ ਨੇ ਜਿਹੜੇ ਪ੍ਰਾਈਵੇਟਾਂ 'ਚ ਵੀ ਹੁਣ ਕੰਮ ਕਰ ਰਹੇ ਹੈ, ਉਹ ਵੀ ਇੱਦਾਂ ਦੀ ਸਰਕਾਰੀ ਹਸਪਤਾਲਾਂ 'ਚ ਪੜ੍ਹੇ ਨੇ, ਜਿਹਨੂੰ ਕਿ ਸਰਕਾਰਾਂ ਨੇ ਸਬਸਿਡੀਆਂ ਦੇ ਕੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਟੈਕਸ ਜਿਹੜਾ ਹੈਗਾ ਉਹਦੇ 'ਚ ਉਹਨਾਂ ਨੂੰ ਪੜ੍ਹਾਇਆ ਹੈਗਾ, ਤਾਂ ਕਰਕੇ ਆਪਾਂ ਇਹ ਲੋਕ ਸੇਵਾ ਕਰਨ ਜੋਗੇ ਹੋਏ ਹਾਂ। ਮੈਂ IAS 'ਚ ਆ ਕੇ ਐਜ਼ DC ਸੇਵਾ ਕਰਨ ਜੋਗਾ ਹੋਇਆ, ਤੁਸੀਂ ਡਾਕਟਰ ਬਣ ਕੇ ਸੇਵਾ ਕਰਨ ਜੋਗੇ ਹੋਏ ਹਾਂ, ਤਾਂ ਇਹ ਸੇਵਾ ਦਾ ਮੌਕਾ ਹੈ, ਆਪਾਂ ਸਾਰੇ ਰਲ ਮਿਲ ਕੇ ਲੋਕਾਂ ਨੂੰ ਕਿਸੇ ਨੂੰ ਮੋੜੀਏ ਨਾ ਆਪਦੇ ਬੂਹੇ ਤੋਂ। ਆਈ ਐਮ ਸ਼ੋਰ ਕਿ ਵੀ ਇਹ ਜਿੱਦਾਂ ਦੀਆਂ ਕੋਈ ਬੈਡ ਮਾਊਥਿੰਗ ਹੋਈ ਹੈ ਵੀ ਫਲਾਣੇ ਤੋਂ ਮੁੜ ਗਿਆ, ਫਲਾਣੇ ਤੋਂ ਮੁੜ ਗਿਆ, ਇਹ ਆਉਣ ਵਾਲੇ ਜਿਹੜੇ ਹਸਪਤਾਲਾਂ ਦੇ ਅਸੀਂ ਨਾਂ ਲਏ ਅਤੇ ਇਹ ਕੋਈ ਵੀ ਇਹਨਾਂ ਪੇਸ਼ੈਂਟਸ ਨੂੰ ਮੋੜੂਗਾ ਨਹੀਂ। ਕਾਫੀ ਲੰਬੀ ਚਲੀ ਗਈ ਗੱਲ, ਪਰ ਇਹ ਜ਼ਰੂਰੀ ਸੀ ਕਿਉਂਕਿ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ ਔਰ ਕਿਸੇ ਦੇ ਮਨ 'ਚ ਕੋਈ ਛਿੰਛਾ ਨਾ ਰਹਿ ਜੇ, ਇਸ ਕਰਕੇ ਲੰਬੀ ਗੱਲ ਕਰਨੀ ਜ਼ਰੂਰੀ ਸੀ।